Why Media Group? The fastest growing media group in North America. दुनिया भर के सब तो बड़िया इकोनमीज कड़िया हो 2025 के एंड तक जी एक रिपोर्ट है वो उन्हें जारी की है IMF ने इंटरनेशनल मॉनिटरी फंड की जी वर्ल्ड इकोनॉमिक आउटलुक रिपोर्ट आई है जिसे उन्होंने दसिया है कि 2024 और 2025 के एंड तक केड़ियां कंट्रीज होनगियां जड़ियां दुनिया दी सब तो बड़ियां इकोनॉमीज होनगियां। सब तो पहला शुरुआत असी करांगे अमेरिका तो। टॉप 10 इकोनॉमीज दे विच अमेरिका 2025 एंड तक नंबर 1 इकोनॉमी रहेगा दुनिया दी, और अमेरिका जिहड़ा हैगा लगभग 30 जिहड़ा ट्रिलियन डॉलर दे आसपास जिहड़ा ओ चला जाएगा। सो असी ये जरूर जिक्र कर दईए कि US दी जिहड़ी इकोनॉमी हैगी आ ਉਹ 2025 ਦੇ ਅੰਤ ਤੱਕ ਨੰਬਰ 1 ਪੋਜੀਸ਼ਨ ਦੇ ਉੱਤੇ ਰਹੇਗੀ। ਨੰਬਰ 2 ਪੋਜੀਸ਼ਨ ਕਿਹਦੀ ਹੋਏਗੀ? ਨੰਬਰ 2 ਤੇ ਉੱਤੇ ਅਸੀਂ ਦੱਸ ਦਈਏ ਕਿ ਜੇ ਸ਼ੁਰੂਆਤ ਅਸੀਂ ਕਰੀਏ ਲਗਭਗ 30 ਟ੍ਰਿਲੀਅਨ ਯਾਨੀ ਕਿ ਟੂ ਬੀ ਪ੍ਰੀਸਾਈਸ ਦੀ ਐਗਜ਼ੈਕਟ ਜੋ ਨੰਬਰ IMF ਨੇ ਜਾਰੀ ਕੀਤਾ ਹੈ, IMF ਦਾ ਕਹਿਣਾ ਹੈ ਕਿ 29,840 ਬਿਲੀਅਨ ਡਾਲਰ ਦੀ ਇਕਾਨਮੀ ਹੋਏਗੀ। ਸੋ ਲਗਭਗ ਅਸੀਂ ਕਹਿ ਸਕਦੇ ਹਾਂ ਕਿ 30 ਟ੍ਰਿਲੀਅਨ ਡਾਲਰ ਦੇ ਆਸਪਾਸ US ਦੀ ਇਕਾਨਮੀ। ਚਾਈਨਾ ਨੰਬਰ 2 ਪੋਜੀਸ਼ਨ ਦੇ ਉੱਤੇ ਹੋਏ ਬਰਕਰਾਰ ਰਹੇਗਾ। ਚਾਈਨਾ ਦੀ ਜਿਹੜੀ ਇਕਾਨਮੀ ਹੈਗੀ ਹੈ 2025-2020 ਦੀ ਐਂਡ ਤੱਕ ਉਹ ਲਗਭਗ 20 ਟ੍ਰਿਲੀਅਨ ਡਾਲਰ ਦੇ ਆਸਪਾਸ ਹੋਏਗੀ, ਟੂ ਬੀ ਪ੍ਰੀਸਾਈਸ 19.790 ਬਿਲੀਅਨ ਡਾਲਰ ਇਹ ਚਾਈਨਾ ਦੀ ਇਕਾਨਮੀ ਹੋਏਗੀ। ਤੀਸਰੇ ਨੰਬਰ ਦੇ ਉੱਤੇ ਹੋਏਗਾ ਜਰਮਨੀ। ਜਰਮਨੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕਾਨਮੀ 2025 ਦੇ ਐਂਡ ਤੱਕ, ਔਰ ਜਰਮਨੀ ਦੀ ਜਿਹੜੀ ਇਕਾਨਮੀ ਹੋਏਗੀ ਉਹ ਹੋਏਗੀ ਤਕਰੀਬਨ 4,772 ਜਿਹੜਾ ਬਿਲੀਅਨ ਡਾਲਰ ਯਾਨੀ ਕਿ 4.7 ਟ੍ਰਿਲੀਅਨ ਡਾਲਰ ਦੇ ਆਸਪਾਸ। 2025 ਦੇ ਐਂਡ ਤੱਕ ਇੰਡੀਆ ਜਿਹੜਾ ਹੈਗਾ ਉਹ ਜਪਾਨ ਨੂੰ ਪਿੱਛੇ ਛੱਡ ਦੇਗਾ। ਸੋ ਇੰਡੀਆ ਇਸ ਸਮੇਂ ਜੋ 5ਵੀਂ ਸਭ ਤੋਂ ਵੱਡੀ ਇਕਾਨਮੀ ਹੈ, ਇੰਡੀਆ ਜਪਾਨ ਨੂੰ ਪਿੱਛੇ ਛੱਡਦਿਆਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਇਕਾਨਮੀ ਬਣ ਜਾਏਗਾ। ਸੋ ਜੋ ਨੰਬਰਸ IMF ਨੇ ਜਾਰੀ ਕੀਤੇ ਨੇ ਉਸ ਦੇ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈਗਾ ਕਿ ਜਿਹੜੀ ਇੰਡੀਆ ਦੀ ਇਕਾਨਮੀ ਹੈ ਨਾ ਸਿਰਫ ਜਪਾਨ ਨੂੰ ਪਿੱਛੇ ਛੱਡ ਜਾਏਗੀ 2025 ਦੇ ਐਂਡ ਤੱਕ, ਬਲਕਿ 2027 ਤੱਕ 2027 ਹੋਰ 2 ਸਾਲਾਂ ਬਾਅਦ ਇੰਡੀਆ ਜਰਮਨੀ ਨੂੰ ਵੀ ਪਿੱਛੇ ਛੱਡ ਜਾਏਗਾ। ਔਰ ਇੰਡੀਆ ਜਰਮਨੀ ਨੂੰ ਪਿੱਛੇ ਛੱਡਦਿਆਂ ਇੰਡੀਆ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕਾਨਮੀ 2027 ਤੱਕ ਬਣ ਜਾਏਗਾ। ਖੈਰ ਵਾਪਸ ਆਉਂਦੇ ਹਾਂ, 2025 ਤੱਕ ਜਪਾਨ ਜਿਹੜੀ ਹੈਗੀ ਹੈ ਜੀ ਉਹ ਚੌਥੀ ਸਭ ਤੋਂ ਵੱਡੀ ਇਕਾਨਮੀ ਨਹੀਂ ਰਹੇਗਾ, ਸੋ 5ਵੀਂ ਹੋ ਜਾਏਗਾ ਜਪਾਨ। ਔਰ ਉਸ ਤੋਂ ਬਾਅਦ ਅਗਲੀ ਜਿਹੜੀ ਪੋਜੀਸ਼ਨ ਹੈਗੀ ਹੈ 6ਵਾਂ ਸਪੋਟ ਕਿਹਨੂੰ ਮਿਲ ਰਿਹਾ? 6ਵਾਂ ਸਪੋਟ ਇੰਗਲੈਂਡ ਨੂੰ ਮਿਲੇਗਾ ਜੀ। ਇਸ ਸਮੇਂ ਵੀ ਇੰਗਲੈਂਡ 6ਵੇਂ ਨੰਬਰ ਤੇ ਹੀ ਹੈ, ਸੋ ਉਸੇ ਨੰਬਰ ਦੇ ਉੱਤੇ ਬਰਕਰਾਰ ਰਹੇਗੀ ਇੰਗਲੈਂਡ ਦੀ ਇਕਾਨਮੀ। 7ਵੇਂ ਨੰਬਰ ਦੀ ਜਿਹੜੀ ਸਭ ਤੋਂ ਵੱਡੀ ਇਕਾਨਮੀ ਹੈ ਉਹ ਕਰੰਟ ਹੁਣ ਵੀ ਫਰਾਂਸ ਹੈ। 2025 ਦੇ ਅੰਤ ਤੱਕ ਵੀ ਫਰਾਂਸ ਜਿਹੜਾ ਉਹ ਸਭ ਤੋਂ ਵੱਡੀ ਇਕਾਨਮੀ ਰਹੇਗਾ 7ਵੀਂ ਪੋਜੀਸ਼ਨ ਦੇ ਉੱਤੇ। ਔਰ ਇੱਥੇ ਅਸੀਂ ਦੱਸ ਦਈਏ ਸਾਰੀਆਂ ਇਕਾਨਮੀਜ਼ ਲਗਭਗ 3.75 ਟ੍ਰਿਲੀਅਨ ਦੇ ਆਸਪਾਸ ਇਹ ਸਾਰੀਆਂ ਇਕਾਨਮੀਜ਼ ਹੋਣਗੀਆਂ। ਫਿਰ ਗੱਲ ਕਰਦੇ ਹੈਗੇ ਕਿ ਬ੍ਰਾਜ਼ੀਲ 9ਵੇਂ ਨੰਬਰ ਦੀ ਪੋਜੀਸ਼ਨ ਬ੍ਰਾਜ਼ੀਲ ਨੂੰ ਮਿਲੇਗੀ। ਸੋ ਇਹ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਕਿ IMF ਦੀ ਪ੍ਰੋਜੈਕਸ਼ਨ ਹੈ ਕਿ ਇਹ ਬ੍ਰਾਜ਼ੀਲ ਜਿਹੜੇ ਉਹਦੀ ਵੀ ਗਰੋਥ ਵਧੀਆ ਰਹੇਗੀ। ਇਸ ਤੋਂ ਬਾਅਦ ਬ੍ਰਾਜ਼ੀਲ ਤੋਂ ਬਾਅਦ ਇਟਲੀ, ਔਰ ਇਟਲੀ ਦੀ ਜਿਹੜਾ GDP ਸਾਈਜ਼ ਹੈ ਉਹ ਹਲਕਾ ਜਿਹਾ ਵਧੇਗਾ। ਸੋ ਤਕਰੀਬਨ 2.3 ਟ੍ਰਿਲੀਅਨ ਡਾਲਰ ਦੈਟ ਵਿਲ ਬੀ ਦਾ ਸਾਈਜ਼ ਆਫ ਇਟਾਲੀਅਨ ਇਕਾਨਮੀ। ਕੈਨੇਡਾ ਕਿੱਥੇ ਹੋਏਗਾ? ਕੈਨੇਡਾ ਜਿਹੜਾ ਹੈ ਜੀ ਦੁਨੀਆ ਦੀਆਂ ਟੌਪ 10 ਇਕਾਨਮੀਜ਼ ਦੇ ਵਿੱਚ 10th ਨੰਬਰ ਦੇ ਉੱਤੇ ਹੋਏਗਾ, 10ਵੇਂ ਨੰਬਰ ਦੇ ਉੱਤੇ ਹੋਏਗਾ। ਔਰ 2025 ਦੇ ਐਂਡ ਤੱਕ ਕੈਨੇਡਾ ਦੀ ਇਕਾਨਮੀ 2.3 ਟ੍ਰਿਲੀਅਨ ਦੇ ਆਸਪਾਸ ਹੋਏਗੀ, ਟੂ ਬੀ ਪ੍ਰੀਸਾਈਸ 2,361 ਬਿਲੀਅਨ ਡਾਲਰ ਸਾਡੀ ਕੈਨੇਡਾ ਦੀ ਇਕਾਨਮੀ ਹੋਏਗੀ। ਸੋ 10ਵੇਂ ਨੰਬਰ ਦੇ ਉੱਤੇ ਹੋਏਗਾ। ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਮੈਕਸੀਕੋ ਥੋੜਾ ਅੱਗੇ ਵਧੇਗਾ। ਇਸ ਸਮੇਂ 11ਵੇਂ ਨੰਬਰ ਦੀ ਇਕਾਨਮੀ ਹੈ, ਕੈਨੇਡਾ ਦੇ ਬਿਲਕੁਲ ਪਿੱਛੇ ਹੈ, ਨਾਲ ਕੈਨੇਡਾ ਦੇ ਪਿੱਛੇ ਰਸ਼ੀਆ ਦੀ ਇਕਾਨਮੀ ਹੈ 11ਵੇਂ ਨੰਬਰ ਤੇ। ਲੇਕਿਨ ਅਗਲੇ ਸਾਲ ਦੇ ਅੰਤ ਤੱਕ ਰਸ਼ੀਆ 12ਵੇਂ ਨੰਬਰ ਤੇ ਚਲੇ ਜਾਏਗਾ ਔਰ ਮੈਕਸੀਕੋ ਜਿਹੜਾ ਹੈ ਉਹ 11ਵੇਂ ਨੰਬਰ ਦੇ ਉੱਤੇ ਆ ਜਾਏਗਾ, ਸੋ ਇੱਕ ਸਟੈਪ ਉੱਪਰ ਆ ਜਾਏਗਾ। ਸੋ ਇਹਦੀ ਡਿਟੇਲ ਰਿਪੋਰਟ ਜੇ ਤੁਸੀਂ ਦੇਖਣੀ ਹੈ ਕਿਹੜੇ ਸੈਕਟਰ ਚ ਗਰੋਥ ਹੋਏਗੀ, ਕੀ ਹੋਏਗਾ, ਇੱਕ ਬਹੁਤ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਤਿਆਰ ਕੀਤੀ ਹੈ IMF ਦੇ ਹਵਾਲੇ ਦੇ ਨਾਲ। ਆ ਸਾਰੀ ਰਿਪੋਰਟ ਇਹ ਤੁਸੀਂ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਪੜ੍ਹ ਸਕਦੇ ਹੋ। Why Media Group? The fastest growing media group in North America.